ਤੇ ਵਕਫ ਦੇ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ ਅੱਜ ਅਸੀਂ ਜਾਰੀ ਰੱਖਿਆ ਹੋਇਆ ਪੰਜਾਬ ਰੈਫਰੈਂਡਮ 2020 ਔਰ ਇਸ ਮਤਲਬ ਮੈਂ ਦੇਖ ਆ ਰਿਹਾ ਕਾਫੀ ਸਾਰੀ ਕਾਲਸ ਸਾਨੂੰ ਸਾਡੇ ਦਰਸ਼ਕਾਂ ਦੀ ਆ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵਿਚਾਰ ਜਾਣ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਮੇਰਾ ਨਾਮ ਹਰਕੀਰਤ ਹੈ ਮੈਂ ਨਾਰਵੇ ਤੋਂ ਬੋਲ ਰਿਹਾ ਜੀ ਹਰਕੀਰਤ ਨਾਰਵੇ ਓਸਲੋ ਤੋਂ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਨਾਮ ਨਾਲ ਹੀ ਮਿਲਦਾ ਮੇਰਾ ਨਾਮ ਹੈ ਹਰਕੀਰਤ ਜੀ 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 ਪਹਿਲੀ ਗੱਲ ਤਾਂ ਜੀ ਤੁਹਾਨੂੰ ਇਹ ਸੋਚ ਲੈਣਾ ਚਾਹੀਦਾ ਕਿ ਰਸ਼ੀਆ ਕਿੰਨੀ ਵੱਡੀ ਤਾਕਤ ਸੀ ਜੀ ਜੇਕਰ ਉਹਦੇ ਖਿਲਾਰੇ ਪੈ ਸਕਦੇ ਹੈ ਜੀ ਤਾਂ ਚੀਨ ਵੀ ਕੋਈ ਐਡੀ ਵੱਡੀ ਚੀਜ਼ ਨਹੀਂ ਜੀ ਜਿਹੜਾ ਤੁਸੀਂ ਅੱਜ ਦਾ ਪਾਕਿਸਤਾਨ ਇੰਡੀਆ ਤੇ ਬੰਗਲਾਦੇਸ਼ ਬਰਮਾ ਦੇਖ ਰਹੇ ਹੋ ਇਹ ਬ੍ਰਿਟਿਸ਼ ਇੰਡੀਆ ਜੀ ਜੀ ਤੇ 527 ਰਜਵਾੜੇ ਜੀ ਯਾਨੀ ਕਿ ਬ੍ਰਿਟਿਸ਼ ਨੇ ਇੱਥੇ ਇਸਟੈਬਲਿਸ਼ ਕੀਤੇ ਹੋਏ ਆ ਉਹਨਾਂ ਦੀ ਹੀ ਰਾਜਨੀਤੀ ਚੱਲ ਰਹੀ ਹੈ ਜੀ ਜਦੋਂ ਜੀ ਕੀਤਾ ਇਹਨਾਂ ਦਾ ਚੀਨ ਨੂੰ ਖਿਲਾਰ ਦੇਣਗੇ ਜਦੋਂ ਇਹਨਾਂ ਦਾ ਜੀ ਕੀਤਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਬਰਮਾ ਨੂੰ ਖਿਲਾਰ ਦੇਣਗੇ ਜੀ ਮੇਰੀ ਗੱਲ ਤਾਂ ਬੁਰਾ ਨਾ ਮੰਨੋ ਜੀ ਤੁਹਾਨੂੰ ਸ਼ਾਇਦ ਬੁਰਾ ਲੱਗੇ ਜੀ ਨਹੀਂ ਮਹਾਬੇਵਕੂਫੀ ਹੋਊਗੀ ਜੇਕਰ ਅਸੀਂ ਫੇਰ ਤੁਸੀਂ ਉਹ ਕਿਹੜੀ ਹੈਗੀ ਤੁਹਾਡੀ ਕੀ ਮਹਾਰਾਣੀ ਸੀ ਆਈ ਐਮ ਸੋਰੀ ਕਿਰਨਜੀਤ ਸਿੰਘ ਜੀ ਮਹਾਰਾਣੀ ਦਾ ਰਾਣੀ ਦਾ ਕੀ ਨਾਮ ਸੀ ਮੈਨੂੰ ਯਾਦ ਨੀ ਆ ਰਿਹਾ ਕਿਉਂਕਿ ਅਟੈਕ ਉਹਨਾਂ ਨੇ ਕਰਵਾਇਆ ਸੀ ਬ੍ਰਿਟਿਸ਼ ਤੇ ਉਸ ਦਾ ਸਾਨੂੰ ਖਮਿਆਜ਼ਾ ਭੁਗਤਣਾ ਤੁਹਾਨੂੰ ਭੁਗਤਣਾ ਪਿਆ ਮਹਾਰਾਣੀ ਰੰਧਾ ਨੂੰ ਕਿਉਂਕਿ ਉਹਦੇ ਭਰਾ ਨੂੰ ਜਵਾਹਰ ਸਿੰਘ ਨੂੰ ਉਸ ਟਾਈਮ ਦੇ ਸਿੱਖ ਰੂਲ ਦੇ ਸਰਦਾਰਾਂ ਨੇ ਹੀ ਮਰਵਾਤਾ ਸੀ ਉਹ ਆਪਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਯਾਨੀ ਕਿ ਬ੍ਰਿਟਿਸ਼ ਦੇ ਅਟੈਕ ਕਰਵਾਤਾ ਸੀ ਜੀ ਸਰਦਾਰਾਂ ਦਾ ਧਿਆਨ ਹੋਰ ਪਾਸੇ ਹੋ ਜਾਏ ਜੀ ਬ੍ਰਿਟਿਸ਼ ਬਰਤਾਨੀਆ ਨਾਲ ਨਾਲ ਜੇਕਰ ਇਹ ਕੌਮ ਆਪਦੇ ਆਪ ਨੂੰ ਸਰਵਾਈਵ ਕਰਨਾ ਚਾਹੁੰਦੀ ਹੈ ਜਿਊਜ਼ ਤੋਂ ਸਿੱਖੋ ਯਹੂਦੀਆਂ ਨੇ ਸਾਰੀ ਦੁਨੀਆਂ ਨਾਲ ਪੰਗੇ ਲਏ ਬਰਤਾਨੀਆ ਨਾਲ ਪੰਗਾ ਨਹੀਂ ਲਿਆ ਉਹਨਾਂ ਨੇ ਬਰਤਾਨੀਆ ਨਾਲ ਪੰਗਾ ਨਹੀਂ ਲਿਆ ਔਰ ਬਰਤਾਨੀਆ ਨੇ ਹੀ ਉਹਨਾਂ ਦਾ ਅੱਜ ਇਜ਼ਰਾਈਲ ਬਣਾ ਕੇ ਦਿੱਤਾ ਜੀ ਬਰਤਾਨੀਆ ਨਾਲ ਪੰਗਾ ਇਹ ਕੋਈ ਚੀਜ਼ ਨੀ ਕੱਖ ਵੀ ਨੀ ਨਥਿੰਗ ਜਦੋਂ ਚਾਹੁੰਗੇ ਉਦੋਂ ਭਾਰਤ ਨੂੰ ਇਹਨੂੰ ਸਾਰੇ ਬ੍ਰਿਟਿਸ਼ ਇੰਡੀਅਨ ਡਿਵਾਈਡ ਕਰ ਦੇਣਗੇ ਰਿਆਸਤ ਦੁਬਾਰਾ ਜੀ ਥੈਂਕ ਯੂ ਮੈਂ ਨਹੀਂ ਕਹਿਣਾ ਸਨ ਥੈਂਕ ਯੂ ਵੈਰੀ ਮਚ ਜੀ ਅਤੇ ਜੀ ਆਪਣੇ ਆਪਣੇ ਨਿੱਜੀ ਕਮੈਂਟਸ ਨੇ ਵਿਊਅਰਸ ਦੇ ਜਿਹੜੇ ਤਰਕ ਨੇ ਉਹਨਾਂ ਦੇ ਆਪਣੇ ਆਪਣੇ ਤਰਕ ਨੇ ਔਰ ਮੈਂ ਜਾਣਨਾ ਚਾਹੁੰਦਾ ਕਿ ਇਸ ਮੁਤਲਕ ਤੁਹਾਡੇ ਕੀ ਸੁਝਾਵ ਨੇ ਜਿਹੜੇ ਸਾਡੇ ਪੈਨਲਿਸਟ ਵੀ ਅੱਜ ਸਾਡੇ ਨਾਲ ਆਏ ਉਹਨਾਂ ਦੇ ਵੀ ਆਪਣੇ ਆਪਣੇ ਤਰਕ ਰੱਖੇ ਜਸ ਬ੍ਰੋਡਕਾਸਟਿੰਗ ਦੀ ਟੀਮ ਉਹਨਾਂ ਤਰਕਾਂ ਨੂੰ ਨਿੱਜੀ ਤਰਕ ਨਹੀਂ ਮੰਨਦਾ ਉਹਨਾਂ ਦੇ ਆਪ ਦੇ ਤਰਕ ਮੰਨਦਾ ਉਹਨਾਂ ਦੇ ਨਿੱਜੀ ਤਰਕ ਹੋ ਸਕਦੇ ਨੇ ਉਹਦੀ ਇਹ ਤਜਵੀਜ਼ ਨਹੀਂ ਰੱਖਦਾ ਅਤੇ ਤੁਸੀਂ ਆਪਣੇ ਗੱਲ ਮੇਰੇ ਨਾਲ ਰੱਖ ਸਕਦੇ ਹੋ ਕਿਉਂਕਿ ਅੱਜ ਅਸੀਂ ਓਪਨ ਡਿਬੇਟ ਰੱਖੀ ਹੈ ਅੱਜ ਦੇ ਮੁੱਦੇ ਦੇ ਵਿੱਚ ਆਪਣੇ ਤਰਕ ਤੁਸੀਂ ਰੱਖ ਸਕਦੇ ਹੋ ਮੈਂ ਵੈਲਕਮ ਕਰਦਾ ਮੇਰੇ ਨਾਲ ਹੋਰ ਵੀ ਵਿਊਅਰ ਜੁੜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਇੰਦਰਮੋਹਨ ਸਿੰਘ ਬੋਲਦਾ ਜੀ ਜੀ ਯੂਕੇ ਤੋਂ ਜੀ ਇੱਕ ਗੱਲ ਤਾਂ ਜਿਹੜੀ ਜਿਹੜਾ ਜਿਹੜਾ ਕਹਿੰਦੇ ਅੱਗੇ ਬਾਹਰ ਜਾ ਕੇ 47 ਵੇਲੇ ਯਾਦ ਕਰਾਇਆ ਸੀ ਉਹ ਮੁਲਕ ਦੇ ਉੱਤੇ ਨਾਨ ਰੈਜੀਡੈਂਟਾਂ ਨੇ ਸਾਡੇ ਮੁਲਕ ਤੇ ਰਾਜ ਕੀਤਾ ਹੋਇਆ ਸੀ ਜੀ ਜੀ ਉਹਨੂੰ ਤੁਸੀਂ ਜਸਟੀਫਾਈ ਕਰਨਾ ਸੌਖਾ ਸੀ ਜੀ ਉਹ ਸੀਗੀ 99% ਲੋਕ ਉਹਦੀ ਆਜ਼ਾਦੀ ਚਾਹੁੰਦੇ ਸੀ ਜੀ ਇੱਕ ਤਾਂ ਫਰਕ ਇਹ ਹੋ ਗਿਆ ਜੀ ਦੂਜਾ ਜਿਹੜਾ ਇੰਨਾ ਖਿਆਲ ਰੱਖਣਾ ਚਾਹੀਦਾ ਜਿਹੜੇ ਜਨਤਾ ਆਉਂਦੀ ਆ ਜਿਹੜੇ ਕਹਿੰਦੇ ਆ ਵੀ ਜਸ ਮੇਰਾ ਕੋਈ ਕੰਸਰਨ ਨਹੀਂ ਇਹਦੇ ਨਾਲ ਜਾਂ ਸਹੀ ਆ ਜਾਂ ਨਾ ਮੈਨੂੰ ਨਾ ਕੋਈ ਇਹਦਾ ਫਰਕ ਆ ਹੋਣ ਦਾ ਜਾਂ ਨਾ ਖਾਲਿਸਤਾਨ ਹੋਣ ਦਾ ਜੀ ਤੇ ਮਤਲਬ ਜਿਹੜੇ ਕਹਿੰਦੇ ਆ ਵੀ ਉਹਦੇ ਨਾਲ ਵੋਟਾਂ ਪੈਣੀਆਂ ਜੇ ਕਰਨੀਆਂ ਉਹ ਬੰਦੇ ਜਿਹੜੀ ਕਮੇਟੀ ਆ ਉਹਨਾਂ ਨੇ ਆਪ ਦੱਸ ਚੁੱਕੇ ਆ ਵੀ ਇਹ ਅਨਅਫੀਸ਼ੀਅਲ ਜੀ ਰੈਫਰੈਂਡਮ ਆ ਜੀ ਹਾਂਜੀ ਇਹ ਗੱਲਾਂ ਦਾ ਯਾਦ ਰੱਖੋ ਜਦੋਂ ਇੱਕ ਮੁੱਦਾ ਰੱਖਿਆ ਇੱਕ ਬੰਦੇ ਨੇ ਵਿਚਾਰ ਦੇ ਗਏ ਜੇ ਤੁਸੀਂ ਉਹ ਬੰਦੇ ਨਾਲ ਨਹੀਂ ਸਹਿਮਤ ਹੁੰਦੇ ਬਿਸ਼ੱਕ ਦੀ ਨਾ ਹੋਵੋ ਉਹਦੇ ਮਗਰ ਪ੍ਰਾਈਵੇਟ ਨਾ ਜਾਓ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੀਆਂ ਲੱਤਾਂ ਇਹ ਲੱਤਾਂ ਖਿੱਚਣੀਆਂ ਜੇ ਇੱਕ ਦੂਜੇ ਬੰਦੇ ਨੂੰ ਕਹਿ ਤਾ ਕਿਸੇ ਨੇ ਰੈਫਰੈਂਡਮ ਕਰਨਾ ਜਾਂ ਨਹੀਂ ਕਰਨਾ ਡਿਫਰੈਂਟ ਸਟੋਰੀ ਪਰ ਇੱਕ ਮੁੱਦਾ ਰੱਖਿਆ ਇੱਕ ਤੁਹਾਡੀ ਰਾਏ ਪੁੱਛੀ ਆ ਲੋਕਾਂ ਦੀ ਉਹ ਰਾਏ ਦੇ ਵਿੱਚ ਉਹ ਆਪਦੇ ਪਰਸਨਲ ਗੱਲਾਂ ਦੂਜੇ ਦੇ ਕੱਢੀ ਜਾਂਦੇ ਆ ਇੱਕ ਦੂਜੇ ਦੇ ਉੱਤੇ ਜੀ 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 ਜੀ
हाँ गा लिया महाराज, बाकी ठीक है, थैंक यू तुम। बहुत बहुत धन्यवाद जी। सत श्रीकाल जी, तुसी ऑन एयर हो, कौन बोल रहे हो, कितों बोल रहे हो जी, जी? सत श्रीकाल जी, की कहना चाहोगे? मैं तो ये कहना चाहना, तुम बीजेपी के दो बंदे आए थे, दोनों बेवकूफ बंदे हैं, जी, एक पहला नहीं आता, एक हूँ नहीं आता। ਦੇ ਬੀਜੇਪੀ ਦਾ ਬੰਦਾ ਨਹੀਂ ਸੀਗਾ ਜੀ, ਦੂਜੇ ਜਿਹੜੇ ਸੀਗੇ ਆਪਣੇ ਤੁਹਾਡੇ ਇੱਥੇ ਯੂਕੇ ਦੇ ਵਿੱਚ ਦਲ ਖਾਲਸਾ ਫਾਊਂਡੇਸ਼ਨ ਦੇ ਚੇਅਰਪਰਸਨ ਸੀਗੇ, ਉਹਨਾਂ ਨੇ ਆਪਣੀ ਗੱਲ ਰੱਖੀ ਹੈ, ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ। ਕੌਣ ਸੀਗਾ? ਆਰ ਪੀ ਸਿੰਘ ਬੀਜੇਪੀ ਦੇ ਸਪੋਕਸਮੈਨ ਸੀਗੇ, ਬੀਜੇਪੀ ਦੇ ਨੈਸ਼ਨਲ ਸੈਕਟਰੀ ਸੀਗੇ, ਜੋ ਕਿ ਇਸ ਗੱਲ ਨੂੰ ਮੰਨਦੇ ਨੇ ਕਿ ਉਹਨਾਂ ਨੇ ਆਪਣੇ ਜਿਹੜੇ ਤਰਕ ਸਾਡੇ ਸਾਹਮਣੇ ਰੱਖੇ, ਉਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਤੋਂ ਫੰਡ ਮਿਲ ਰਹੇ ਨੇ ਇਹਨਾਂ ਨੂੰ, ਔਰ ਜੇਕਰ ਚਾਹੁੰਦੇ ਨੇ ਪੰਜਾਬ ਰੈਫਰੈਂਡਮ ਤਾਂ ਇਹ ਪਾਕਿਸਤਾਨ ਦੇ ਵਿੱਚ ਕਰਾਉਣ, ਤਾਂ ਉਹਨਾਂ ਨੇ ਆਪਣੀ ਇਹ ਗੱਲ ਰੱਖੀ ਸੀ ਕਿ ਜੇਕਰ ਤੁਸੀਂ ਹੁਣੇ ਆਪਣਾ ਟੀਵੀ ਸੈੱਟ ਔਨ ਕੀਤਾ, ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸ ਰਿਹਾ ਜੀ। ਅਮਰੀਕਾ ਤੱਕ ਜਾਂਦਾ ਸੀ ਬੀਜੇਪੀ ਦਾ ਕੁਝ ਵੀਕਾਂ ਪਹਿਲਾਂ, ਉਹ ਵੀ ਬੀਜੇਪੀ ਦਾ ਸੀਗਾ। ਜੀ 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 ਦੱਪਾ ਪ੍ਰਸਾਦ ਬਹੁਤ ਪਹਿਲਾਂ ਆਏ ਸੀਗੇ, ਔਰ ਆਪਾਂ ਉਹਨਾਂ ਨੂੰ ਕਾਫੀ ਕੁਐਸਚਨਸ ਪੁੱਛੇ ਸੀਗੇ ਜੀ। ਜੀ 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 ਗੱਲ ਤਾਂ ਪੰਜਾਬੀ ਪਾਕਿਸਤਾਨ ਹੈ ਜੀ ਜੀ ਤੁਸੀਂ ਅੱਜ ਇਸ ਮੁਤਲਕ ਕੀ ਕਹਿਣਾ ਚਾਹੋਗੇ ਪੰਜਾਬ ਰੈਫਰੈਂਡਮ 2020 ਨੂੰ ਲੈ ਕੇ? ਰੈਫਰੈਂਡਮ ਤਾਂ ਇਹਦਾ ਹੋਊਗਾ, ਇਹ ਤਾਂ ਜੇ ਹੋਇਆ ਤਾਂ ਪੰਜਾਬ ਤੋਂ ਹੀ ਹੋਊਗਾ, ਬਾਹਰੋਂ ਨਹੀਂ ਹੋ ਰਹਾ ਹੈ। ਜੀ 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 ਸਾਰੇ ਬੰਦੇ ਜਿੰਨੇ ਵੀ ਇੱਥੇ ਹੈਗੇ ਆ, ਸਾਰੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਆ, ਜੀ ਠੀਕ ਹੈ, ਜਿਹਨਾਂ ਨੂੰ ਕੋਈ ਰਾਈਟਸ ਨਹੀਂ ਹੈਗੇ। ਜੀ 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 ਕਿਉਂਕਿ ਇਹ ਹੁਣ ਅਸੀਂ ਉੱਥੇ ਜਾ ਨਹੀਂ ਸਕਦੇ, ਹੈ ਜੀ। ਅਸੀਂ 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 ਅੱਜ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੀ ਇਸ ਮੁਤਲਕ ਅਸੀਂ ਇੱਕ ਪੂਰੀ ਰਿਪੋਰਟ ਤਿਆਰ ਕਰਾਂਗੇ, ਔਰ ਜਦ ਸਾਡੀ ਰਿਪੋਰਟ ਤਿਆਰ ਹੋ ਜਾਏਗੀ ਅਸੀਂ ਵੀ ਪ੍ਰੋਪਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਕਿਸ ਤਰੀਕੇ ਨਾਲ ਹੋ ਸਕਦਾ, ਕਿੰਨੀ ਜਿਹੜੀ ਪਰਸੈਂਟੇਜ ਹੈਗੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ, ਕੌਣ ਇਹਦੇ ਵਿੱਚ ਵੋਟ ਪਾ ਸਕਦਾ, ਕੌਣ ਵੋਟ ਨਹੀਂ ਪਾ ਸਕਦਾ, ਕੀ ਇਹਦੇ ਅਸਲੀ ਜਿਹੜੀ ਇਹ ਤਰਕ ਨੇ ਉਹ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ। ਅੱਜ ਅਸੀਂ ਇਸੇ ਕਰਕੇ ਤੁਹਾਡੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੇ ਸੀਗੇ, ਜਿਹੜੀ ਇਹ ਗੱਲ ਹੋ ਰਹੀ ਹੈ ਆਲ ਓਵਰ ਵਰਲਡ ਦੇ ਵਿੱਚ, ਡਾਇਲੋਗ ਬਣਿਆ ਹੋਇਆ, ਅਤੇ ਅੱਜ ਅਸੀਂ ਮੌਕਾ ਦਿੱਤਾ ਸਾਰੇ ਵਿਊਅਰਸ ਨੂੰ ਕਿ ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੋ, ਤਾਂ ਕਿ ਅਸੀਂ ਇਸ ਮੁਤਲਕ ਤੁਹਾਡੇ ਸਾਹਮਣੇ ਪੂਰੀ ਪ੍ਰੋਪਰ ਔਥੈਂਟੀਕੇਟ ਕਰਕੇ ਲੈ ਕੇ ਆਵਾਂਗੇ ਜੀ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਜੀ 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 ਹੋਰ ਵੀ ਕੋਲਰ ਸਾਡੇ ਨਾਲ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਭਾਜੀ ਕਹਿਣੀ ਆ ਰੈਫਰੈਂਡਮ ਬਾਰੇ ਗੱਲ ਕਰਨੀ ਸੀ। ਜੀ 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 ਕੀ ਕਹਿਣਾ ਚਾਹੋਗੇ? ਸਾਹਿਬ ਪਹਿਲੀ ਗੱਲ ਤੇ ਇਹ ਆ ਭਈ ਲੋਕੀ ਇਸ ਰੈਫਰੈਂਡਮ ਤੱਕ ਆਏ ਕਿਉਂ ਆ, ਇਹਦਾ ਕਾਰਨ ਵਜ੍ਹਾ ਕੀ ਆ? ਜੀ ਜੀ ਜਦ ਕਦੇ ਇਨਸਾਨ ਨੂੰ ਇਨਸਾਫ਼ ਨਹੀਂ ਮਿਲੂਗਾ ਤਾਂ ਕੀ ਕਰੂਗਾ? ਜੀ ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ, ਇਹ ਸਾਰੇ ਇੱਕ ਹੀ ਸਿੱਕੇ ਦੇ ਦੋ ਪਾਸੇ ਆ। ਜੀ ਜੀ ਜੇ ਜਿਹੜੇ ਜਿਹੜੇ ਅੱਜ ਜਿਹੜੇ ਅਕਾਲੀ ਹੁਣ ਲੰਘ ਕੇ ਗਏ ਆ, ਅਕਾਲੀ ਕਹਿੰਦੇ ਕਾਲੀ ਜੀ ਕਾਲੀ ਇਹਨੂੰ ਤੇ ਕਾਲੀ ਇਹ ਕਹਿ ਸਕਦੇ ਆ, ਜਿਹੜੇ 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 ਸ਼ਹੀਦਾਂ ਦੇ ਨਾਂ ਤੇ ਗੋਤਾ ਪੰਥ ਦੇ ਨਾਂ ਤੇ ਮੰਗਿਆ ਸੀ ਤੇ ਅਸੀਂ ਕਰਾਂਗੇ ਸਭ ਕੁਛ ਕਰਕੇ ਇਨਸਾਫ਼ ਦਿਆਂਗੇ, ਇਹਨਾਂ ਨੇ ਕੀ ਕੀਤਾ? ਜੀ ਜੀ ਗੁਰਦਾਸਪੁਰ ਵਿੱਚ ਮੁੰਡਾ ਮਰਾਤਾ, ਬਰਗਾੜੀ ਵਾਲੇ ਕਾਂਡ ਹੋ ਗਏ, ਕਿੰਨੇ ਮੁੰਡੇ ਮਾਰੇ ਇਹਨਾਂ ਨੇ ਜੀ। ਆ ਹੁਣ 4 ਦਿਨਾਂ ਦੀ ਗੱਲ ਆ, ਪਟਿਆਲੇ ਦੇ ਵਿੱਚ ਨਾਭੇ ਵਿੱਚ ਹੋ ਕੇ ਹਟਿਆ ਜੀ, ਇਹਨਾਂ ਨੇ ਕੀ ਕਰ ਲਿਆ, ਕਿਹੜਾ ਇਨਸਾਨ ਮਰ ਗਿਆ ਇਹਨਾਂ ਨੂੰ ਜੀ? 84 ਦੇ ਵਿੱਚ ਇੰਨਾ ਮਾਰਤਾ ਦਿੱਲੀ, ਇਹ ਸਭ ਕੁਛ ਹੋ ਗਿਆ, ਤੁਸੀਂ ਕੀ ਸੋਚਦੇ ਤੈਨੂੰ ਉੱਥੇ ਇਨਸਾਨ ਮਿਲਣਾ ਜੀ? ਨਹੀਂ ਮਿਲਣਾ, ਇਹ ਨਹੀਂ ਮਿਲਣਾ, ਇਹ ਉਹ ਦੇਖਦੇ ਦੇਖ ਕਰ ਰਹੇ ਆ, ਉਹ ਜਿਹੜੇ ਦੇਖੇ ਨਾ ਸਾਰੇ ਉਹਨਾਂ ਨੂੰ ਬਚਾਉਣ ਦੀ, ਕਦੋਂ ਉਹ ਮੰਨ ਤਾਂ ਕਦੋਂ ਫੈਲਾ ਬੰਦ ਹੋਣ ਜੀ ਜੀ, ਇਨਸਾਫ਼ ਨਹੀਂ ਮਿਲਣਾ ਉੱਥੇ, ਇਹ ਇੱਕ ਭੁਲੇਖਾ ਆ ਜੀ ਜੀ ਜੀ। ਅੱਜ ਕੱਲ ਅੱਜ ਨਾ ਆਪਣੇ ਉਪ ਸਭਾ ਸਭਾਪਤੀ ਦੀਆਂ ਚੋਣਾਂ ਹੋਣੀਆਂ ਸੀ, ਅਕਾਲੀ ਦਲ ਨੂੰ ਉਹਦੇ ਵਾਸਤੇ ਇਹਦਾ ਇੱਕ ਮੀਟਿੰਗ ਕਰਨੀ ਪੈ ਗਈ ਕਿ ਅਸੀਂ ਆਹ ਕਿੱਥੇ ਵੋਟਾਂ ਪਾਉਣੀ ਜਾਂ ਨਹੀਂ ਪਾਉਣੀਆਂ, ਕਿ ਇਹਨਾਂ ਨੇ ਕਦੇ ਜਿਹੜੇ ਬਰਗਾੜੀ ਵਿੱਚ ਇੰਨਾ ਮੁੰਡਾ ਮਰਿਆ, ਜਿਹੜਾ ਆਪਣੇ ਸਿੰਘ ਸ਼ਹੀਦ ਹੋਏ ਸੀ ਦੋ, ਉਹਨਾਂ ਬਾਰੇ ਕਦੇ ਸੋਚਿਆ? ਜੀ ਜੀ ਇਹਨਾਂ ਦੇ ਨਾਂ ਤੇ ਗੁਰਦਾਸਪੁਰ ਦੇ ਵਿੱਚ ਮੁੰਡਾ ਸ਼ਹੀਦ ਕੀਤਾ, ਇਹਨਾਂ ਨੇ ਉੱਥੇ ਕੀ ਉਹਨੂੰ ਇਨਸਾਫ਼ ਦੇ ਦਿੱਤਾ ਜੀ? ਤੁਸੀਂ ਇਹਨਾਂ ਤੋਂ ਇਨਸਾਫ਼ ਭਾਲਦੇ ਆ ਜੀ? ਜਦੋਂ ਬੰਦੇ ਨੂੰ ਕੋਈ ਹੱਥ ਨਹੀਂ ਪੈਂਦਾ, ਕਿਸੇ ਨੂੰ ਚਾ ਨਹੀਂ ਹੈਗਾ, ਘਰ ਬਾਰ ਛੱਡ ਕੇ ਤਾਂ ਕਿਸੇ ਖਾਤੇ ਤੁਰਿਆ ਕਰੇ। ਜੀ 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 ਬਹੁਤ ਬਹੁਤ ਧੰਨਵਾਦ ਜੀ, ਬਹੁਤ ਸਾਰੇ ਕਾਲਰਸ ਨੇ ਉਹਨਾਂ ਦੀ ਵੀ ਪ੍ਰਤੀਕਿਰਿਆ ਅਸੀਂ ਲੈ ਲਈ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ
ਮੈਂ ਦਰਸ਼ਕਾਂ ਨੂੰ ਰਿਕੁਐਸਟ ਕਰਾਂਗਾ ਜੀ ਆਪਣੇ ਟੀਵੀ ਸੈੱਟ ਦੀ ਵੋਲਿਊਮਸ ਨੂੰ ਘੱਟ ਕਰ ਦਿਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਜੀ, ਭਾਜੀ ਇਹੀ ਬਾਰੇ ਗੱਲ ਕਰਨਾ ਚਾਹੁੰਦੇ ਆ ਜਿਹੜੇ ਬਾਰੇ ਜਿਹੜੇ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਵੀ ਇਹ ਜ਼ਰੂਰ ਹੋਣਾ ਚਾਹੀਦਾ, ਇਹਦੀ ਹੈਲਪ ਕਰਨੀ ਚਾਹੀਦੀ। ਮਾਰਤਾ ਸਿੱਖਾਂ ਨੂੰ ਨਹੀਂ, ਜੀ ਜੀ 2 ਲੱਖ ਸਿੱਖ ਮਾਰਦੇ ਆ ਇਹਨਾਂ 20-25 ਸਾਲਾਂ ਚੋਂ ਨਹੀਂ, ਜੀ ਜੀ। ਬਾਕੀ ਸਾਰੇ ਮਾਰਦੇ ਨੇ, ਮੁੰਡੇ ਹੀ ਮਾਰਦੇ ਆ ਉਹ ਜੀ, ਗਾਂ ਜੰਮ ਜਿਹੜੇ ਜੀ। ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਆਪਣੇ ਮੁਲਕ ਲਈ। ਜੀ 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 ਹਾਂਜੀ ਜੀ, ਬਹੁਤ 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 ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਤੇ ਸਮਾਂ ਮੇਰੇ ਕੋਲ ਬਹੁਤਾ ਨਹੀਂ ਹੈਗਾ, ਬਹੁਤ ਸਾਰੀ ਕਾਲਸ ਹੁਣੇ ਵੀ ਕਿਊ ਦੇ ਵਿੱਚ ਹੈਗੀਆਂ ਜਿਨ੍ਹਾਂ ਦੀ ਕਾਲਸ ਮੈਂ ਨਹੀਂ ਲੈ ਪਾਇਆ, ਉਹਨਾਂ ਤੋਂ ਮੈਂ ਮਾਫੀ ਮੰਗਦਾ ਜੀ। ਲੇਕਿਨ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਮੇਰੇ ਨਾਲ ਸਾਂਝੇ ਕਰ ਸਕਦੇ ਹੋ, ਇਸ ਮੁਤਲਕ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, info@justbroadcasting.com, harkirat@justbroadcasting.com ਦੇ ਉੱਤੇ ਲਿਖ ਕੇ ਤੁਸੀਂ ਆਪਣੇ ਸੁਜੈਸ਼ਨਸ ਭੇਜ ਸਕਦੇ ਹੋ ਪੰਜਾਬ ਰੈਫਰੈਂਡਮ 2020 ਬਾਰੇ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਅਜਿਹੇ ਔਰ ਮਸਲੇ ਹਨ ਜੋ ਕਿ ਤੁਸੀਂ ਚਾਹੁੰਦੇ ਹੋ ਕਿ ਮੁੱਦੇ ਦੇ ਵਿੱਚ ਉਠਾਏ ਜਾਣ, ਤਾਂ ਉਹ ਵੀ ਤੁਸੀਂ ਮੈਨੂੰ ਲਿਖ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉੱਤੇ ਵੀ ਅਸੀਂ ਵਿਚਾਰ ਕਰੀਏ। ਅਤੇ ਅੱਜ ਦੇ ਮੁੱਦੇ ਦੇ ਵਿੱਚ ਫਿਲਹਾਲ ਮੈਨੂੰ ਇੱਥੇ ਇਜਾਜ਼ਤ ਲੈਣੀ ਪਏਗੀ ਜੀ ਤੁਹਾਡੇ ਤੋਂ, ਕਿਉਂਕਿ ਮੈਂ ਨਹੀਂ ਲੈ ਸਕਦਾ ਕਾਲਰਸ ਦੀ ਕਾਲਸ ਜੋ ਮੈਨੂੰ ਕਾਲ ਕਰ ਰਹੇ ਨੇ। ਲੇਕਿਨ ਲੇਕਿਨ ਤੁਸੀਂ ਮੈਨੂੰ ਮੇਲ ਦੇ ਵਿੱਚ ਲਿਖ ਦਿਓ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।